देख रहे हैं कैसे सख्त प्रबंध किए गए। हरियाणा और पंजाब का आपसी भाईचारा है भैया, और जहाँ तक मेरी उम्मीद है इन भाइयों को पूरा पूरा साथ देंगे, चाहे हमारी खेती फसल है जो खड़ी खड़ाई है उसके बीच में को रास्ता देना पड़े तो हम तैयार हैं। बोलेंगे पिछली बार वीर जी जेड़ा दत्ता सिंह वाला पिंड है हरियाणा का, इन्होंने यही यह तोड़िया सी नाका, तो ऐतकी भी यही पिंड जदों ये ज़्यादा इतने किसान आ गए तो कट्ठ हो गए नाले नाले पिंड वाले सारे ये नाके नूं तोड़ देंगे। ये खट्टर सरकार की बहुत ज़्यादा नलायकी है, किसानों नूं रोकण की कोशिश कर रहे हैं। नेड़े नेड़े तुसीं निगाह मारो, ये भी तो किसानों के खेत ने कि वो अपने राह नहीं छड़नगे अपने इन वास्ते किसानों वास्ते। पंजाब हरियाणा बॉर्डर के उपर किसानों नूं रोकण दे लई तीन लेयर की जी बैरीकेडिंग की गई है, लोग तुसीं देखो किस तरह हैरान परेशान हो रहे हैं, मोटरसाइकिल लैके खेतों के बीच लोग जोड़े आ रहे हैं क्योंकि रास्ता बिल्कुल जोड़ा वो खत्म कर दिता गया, वह ब्लॉक कर दिता गया है। तो दूजे पास पिछली तस्वीर मैं चाहूँगा तुम्हें दिखाई जाए नाल दी नाल कि हुण जिहड़े कि रोड नूं एक साइड तो लोहे दे जिहड़े बैरीगेट ला के लोहे दे पत्थर दे स्लैबां ला के जिहड़ा उहदे विच सीमेंट ला के सीमेंट ते नाल लोहे दीआं रोडां ला के भी तां जो रोकिया जा रहा। कुछ लोग ने ना गलबात करांगे, भाई साहब कहाँ से आए हो? भाई अहीं डाबी गुजरां से, अपना पिंड हैगा डाबी गुजरां। किवें देखदे हो उरे हुण बैरीगेट पहलां देखी कदों रुकी? ਜਿਵੇਂ ਪਿਛਲੀ ਵਾਰ ਬੀਚ ਹੋਇਆ ਸੀ ਉਹ ਤੋਂ ਜ਼ਿਆਦਾ ਸਖਤਾਈ ਕਰ ਤਾਂ ਰਹੇ ਨੇ ਇਹ ਜਿਵੇਂ ਉਹੀ ਗੱਲ ਹੋ ਗਈ ਵੀ ਪੰਜਾਬ ਨੂੰ ਇੱਕ ਵੱਖਰਾ ਸਟੇਟ ਹੀ ਬਣਾ ਕੇ ਰੱਖਤਾ ਵੀ ਜਿਵੇਂ ਇਹ ਦੇਸ਼ ਦਾ ਹਿੱਸਾ ਹੀ ਨਹੀਂ ਹੈਗਾ। ਅਤੇ ਜਦੋਂ ਇਹ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਾਂ, ਨੇੜੇ ਨੇੜੇ ਤੁਸੀਂ ਨਿਗਾਹ ਮਾਰੋ, ਇਹ ਵੀ ਤਾਂ ਕਿਸਾਨਾਂ ਦੇ ਖੇਤ ਨੇ ਕਿ ਉਹ ਆਪਣੇ ਰਾਹ ਨਹੀਂ ਛੱਡਣਗੇ ਆਪਣੇ ਇਹਨਾਂ ਵਾਸਤੇ ਕਿਸਾਨਾਂ ਵਾਸਤੇ। ਪਿਛਲੀ ਵਾਰ ਵੀ ਹਰਿਆਣਾ ਹੁਣ ਅੱਗੇ ਆਊਗਾ ਜਿਵੇਂ ਪਹਿਲਾਂ ਵੀ ਹਰਿਆਣੇ ਨੇ ਸਾਥ ਦਿੱਤਾ? ਹਾਂ ਹਾਂ ਬਿਲਕੁਲ ਆਊਗਾ ਕਿਉਂਕਿ ਹਰਿਆਣਾ ਯੂਪੀ ਪਿਛਲੀ ਵਾਰ ਜਿਵੇਂ ਰਾਕੇਸ਼ ਡਕੈਤ ਜੀ ਨੇ ਦਿਖਾਇਆ ਸੀ ਅੰਦੋਲਨ 'ਚ ਜਜ਼ਬਾ, ਉਸੇ ਕਰਕੇ ਅੰਦੋਲਨ ਚੱਲਿਆ ਸੀਗਾ। ਅਤੇ ਹੁਣ ਵੀ ਤੁਸੀਂ ਹਰਿਆਣੇ ਨੇ ਦੇਖ ਲਓ ਖੇਤਾਂ ਨੂੰ ਆਪਣੇ ਰਾਜ ਉਹਨਾਂ ਨੇ ਛੱਡ ਦੇਣੇ ਆ ਜਦੋਂ ਟਰਾਲੀਆਂ ਲੈ ਕੇ ਜਾ। ਨਹੀਂ ਰੋਕ ਲੈਣਗੇ, ਪਿਛਲੀ ਵਾਰ ਵੀਰ ਜੀ ਜਿਹੜਾ ਦੱਤਾ ਸਿੰਘ ਵਾਲਾ ਪਿੰਡ ਹੈ ਹਰਿਆਣਾ ਦਾ, ਇਹਨਾਂ ਨੇ ਇਹੀ ਇਹ ਤੋੜਿਆ ਸੀ ਨਾਕਾ, ਅਤੇ ਐਤਕੀ ਵੀ ਇਹ ਪਿੰਡ ਜਦੋਂ ਇਹ ਜ਼ਿਆਦਾ ਇੱਥੇ ਕਿਸਾਨ ਆ ਗਏ ਤਾਂ ਇਕੱਠ ਹੋ ਗਏ ਨਾਲੇ ਨਾਲੇ ਪਿੰਡ ਵਾਲੇ ਸਾਰੇ ਇਹ ਨਾਕੇ ਨੂੰ ਤੋੜ ਦੇਣਗੇ। ਇਹ ਖੱਟਰ ਸਰਕਾਰ ਦੀ ਬਹੁਤ ਜ਼ਿਆਦਾ ਨਲਾਇਕੀ ਹੈ। ਤਸਵੀਰ ਦਿਖਾਉਣਾ ਤੁਸੀਂ ਉਹ ਦੇਖੋ, ਮੈਂ ਕਹੂੰਗਾ ਜ਼ੂਮ ਕਰਕੇ ਦਿਖਾਇਆ ਜਾਵੇ ਕਿ ਹੁਣ ਕੰਟੇਨਰ ਨੂੰ ਚੱਕਿਆ ਜਾ ਰਿਹਾ, ਪਹਿਲਾਂ ਇੱਕ ਪਾਸੇ ਕੰਟੇਨਰ ਰੋਡ ਦੇ ਉੱਪਰ ਬਲੌਕ ਕੀਤਾ, ਪਹਿਲਾਂ ਪੱਥਰ ਨੇ, ਹੁਣ ਉਹਨੂੰ ਜਾ ਕੇ ਦਰ ਦੂਸਰੇ ਪਾਸੇ ਜਿਹੜਾ ਰੋਕਿਆ ਜਾਊਗਾ, ਅਤੇ ਉਸ ਤੋਂ ਅੱਗੇ ਜਿਹੜਾ ਹੁਣ ਜਿਹੜੀ ਪੁਲਿਸ ਹੈ ਜਿਹੜੀ ਉਹ ਮਿਲੀਮੀਟਰ ਜਿਹੜੀ ਉਹ ਵੀ ਪੈਰਾਮਿਲਟਰੀ ਫੋਰਸ ਜਿਹੜੀ ਉਹ ਵੀ ਤੈਨਾਤ ਜਿਹੜੀ ਕੀਤੀ ਗਈ। ਦੂਜੇ ਪਾਸੇ ਲੋਕ ਨੇ ਜਿਹੜੇ ਇੱਥੇ ਆਉਂਦੇ ਨੇ, ਬਾਈ ਜੀ ਤੁਹਾਡਾ ਕੀ ਨਾਮ? ਮਾਈ ਨੇਮ ਇਜ਼ ਚਾਂਦੀ ਰਾਮ ਰੂਲ ਹੈ ਬਾਈ, ਵਿਲੇਜ ਟੂ ਗੋਣਾ ਹੈ, ਹਰਿਆਣਾ ਸੇ ਬੋਲ ਰਹਾ ਹੂੰ ਮੈਂ। ਅੱਛਾ ਬਾਈ, ਹਰਿਆਣਾ ਵਾਲੇ ਅਭੀ ਸਾਥ ਮਿਲੇਗਾ ਹਰਿਆਣਾ ਕੇ ਲੋਗੋਂ ਕਾ, ਅਭੀ ਦੇਖ ਰਹੇ ਕੈਸੇ ਸਖਤ ਪ੍ਰਬੰਧ ਕੀਏ ਗਏ? ਹਰਿਆਣਾ ਔਰ ਪੰਜਾਬ ਕਾ ਆਪਸੀ ਭਾਈਚਾਰਾ ਹੈ ਭਈਆ, ਔਰ ਜਹਾਂ ਤੱਕ ਮੇਰੀ ਉਮੀਦ ਹੈ ਇਨ ਭਾਈਓਂ ਕੋ ਪੂਰਾ ਪੂਰਾ ਸਾਥ ਦੇਂਗੇ, ਚਾਹੇ ਹਮਾਰੀ ਖੇਤੀ ਫਸਲ ਹੈ ਜੋ ਖੜੀ ਖੜਾਈ ਹੈ ਉਸਕੇ ਬੀਚ ਮੈਂ ਕੋ ਰਾਸਤਾ ਦੇਣਾ ਪੜੇ ਤੋ ਹਮ ਤਿਆਰ ਹੈ, ਬਸ ਇਤਨਾ ਹੀ ਹੈ, ਧੰਨਵਾਦ। ਬਿਲਕੁਲ, ਕਿਉਂਕਿ ਸਾਫ਼ ਤੌਰ 'ਤੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੀ ਇਹ ਪ੍ਰਦਰਸ਼ਨ ਕਰ ਰਹੇ ਨੇ, ਜਿਹੜੀਆਂ ਰਹਿ ਚੁੱਕੀਆਂ ਮੰਗਾਂ ਦੀਆਂ, ਭਾਵੇਂ ਕਿ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਨਾਲ ਮੀਟਿੰਗ ਲਗਾਤਾਰ ਚੱਲ ਰਹੀਆਂ ਨੇ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਿਹੜੀ ਮੀਟਿੰਗ ਚੰਡੀਗੜ੍ਹ ਦੇ ਵਿੱਚ ਕਰਵਾਈ ਗਈ ਸੀ, ਉਸ ਤੋਂ ਬਾਅਦ ਹੁਣ ਅਗਲੀ ਮੀਟਿੰਗ 12 ਤਰੀਕ ਨੂੰ ਯਾਨੀ ਕਿ 12 ਫਰਵਰੀ ਨੂੰ ਸ਼ਾਮ ਨੂੰ 5 ਵਜੇ ਹੋਣ ਜਾ ਰਹੀ, ਜਿਹਦੇ ਵਿੱਚ ਕੇਂਦਰ ਦੇ 3 ਮੰਤਰੀ ਸ਼ਾਮਲ ਨੇ। ਪਰ ਲੇਕਿਨ ਉਹ ਮੀਟਿੰਗ ਦੇ ਵਿੱਚ ਕੀ ਨਿਕਲੂਗਾ, ਕੀ ਹੱਲ ਹੋਏਗਾ, ਕੀ ਕਿਸਾਨਾਂ ਦੀ ਕੋਈ ਮੀਟਿੰਗ ਦਾ ਮੀਟਿੰਗ ਦੇ ਵਿੱਚ ਕੋਈ ਹੱਲ ਨਿਕਲ ਆਏਗਾ ਤਾਂ ਜੋ ਇਹ ਬੈਰੀਕੇਡਿੰਗ ਹਟਾ ਦਿੱਤੀ ਜਾਵੇ, ਕਿਉਂਕਿ ਕਿਸਾਨਾਂ ਨੇ ਜਿਹੜਾ ਕਿਸਾਨ ਨੇਤਾ ਸਰਮਨ ਸਿੰਘ ਭੰਦੇਰ ਨੇ ਸਾਫ਼ ਤੌਰ 'ਤੇ ਕਿਹਾ ਕਿ ਉਹਨਾਂ ਨੇ ਜਦੋਂ ਮੀਟਿੰਗ ਹੋਈ ਆ ਤਾਂ ਅਧਿਕਾਰੀਆਂ ਨੂੰ ਇਹ ਕਿਹਾ ਗਿਆ ਕਿ ਜਿਹੜਾ ਕੁਝ ਹਰਿਆਣੇ ਦੇ ਵਿੱਚ ਹੋ ਰਿਹਾ ਉਹ ਨਾ ਹੋਵੇ,
ਇਸ ਨੂੰ ਲੈ ਕੇ ਜਿਹੜਾ ਕਿ ਹਰਿਆਣਾ ਪੁਲਿਸ ਦੇ ਨਾਲ ਗੱਲਬਾਤ ਕੀਤੀ ਜਾਵੇ, ਨੈੱਟ ਬੰਦ ਕਰਨ ਨੂੰ ਲੈ ਕੇ ਉਹਨਾਂ ਨੇ ਗੱਲਾਂ ਕਹੀਆਂ ਕਿ ਕਿਤੇ ਨਾ ਕਿਤੇ ਜਿਹੜੀਆਂ ਪਰੇਸ਼ਾਨੀਆਂ ਕਰਨ ਵਾਲੀਆਂ ਗੱਲਾਂ ਨੇ, ਲੋਕਾਂ ਨੇ ਵੀ ਕਿਹਾ ਕਿ ਐਡੀ ਗੱਲ ਨਹੀਂ ਸੀ, ਕਿਸਾਨ ਸਿਰਫ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਪ੍ਰਦਰਸ਼ਨ ਕਰ ਰਿਹਾ ਹੈਗਾ, ਸਿਰਫ ਜਾਇਜ਼ ਮੰਗਾਂ ਨੂੰ ਲੈ ਕੇ ਜਿਹੜੀਆਂ ਮੰਗਾਂ ਰਹਿ ਗਈਆਂ ਸੀ, ਪਰ ਜਦੋਂ ਹਾਲਾਤ ਇਸ ਤਰ੍ਹਾਂ ਦੇ ਬਾਰਡਰਾਂ ਦੇ ਬਣ ਗਏ ਕਿ ਬਿਲਕੁਲ ਪੱਥਰ ਲਾ ਕੇ ਜਿਹੜੇ ਬਾਰਡਰ ਨੇ ਜਿਹੜੇ ਬੰਦ ਕਰ ਦਿੱਤੇ ਜਾਣਗੇ, ਤੁਹਾਨੂੰ ਲੋਹੇ ਦੀਆਂ ਬੈਰੀਗੇਟਿੰਗ ਜਿਹੜੀ ਹੋਊਗੀ, ਹਰਿਆਣਾ ਪੁਲਿਸ ਦੇ ਅਧਿਕਾਰੀ ਤੁਸੀਂ ਦੇਖ ਸਕਦੇ ਹੋਗੇ ਜਿਹੜੇ ਖੜ੍ਹੇ ਨੇ, ਕਿਉਂਕਿ ਮੌਕੇ ਦਾ ਜਿਹੜਾ ਜਾਇਜ਼ਾ ਵੀ ਲਿਆ ਜਾ ਰਿਹਾ ਕਿਸ ਤਰ੍ਹਾਂ ਦੀ ਸੁਰੱਖ ਪੈ ਰਿਹਾ, ਜਿਹੜਾ ਹੋਇਆ ਕਿਸ ਤਰ੍ਹਾਂ ਬੈਰੀਗੇਟਿੰਗ ਹੋਏਗੀ, ਕਿਉਂਕਿ ਤੁਸੀਂ ਦੇਖੋ ਦੂਜੇ ਪਾਸੇ ਵੀ ਜਿਹੜਾ ਕੰਟੇਨਰ ਆ ਜਿਹੜਾ ਉਹ ਵੀ ਲਾ ਦਿੱਤਾ, ਕਿਉਂਕਿ ਜਿਹੜੇ ਟਰੈਕਟਰ ਕਿਸੇ ਤਰੀਕੇ ਨਾਲ ਨਾ ਲੱਗਦਾ, ਕਿਉਂਕਿ ਪਿਛਲੀ ਵਾਰ ਕੀ ਹੋਇਆ ਸੀ, ਪਿਛਲੀ ਵਾਰ ਇਸ ਜਗ੍ਹਾ ਦੇ ਉੱਪਰ ਇਕੱਲੀ ਮਿੱਟੀ ਸੀ, ਪੱਥਰ ਸੀ, ਤਾਂ ਟਰੈਕਟਰ JCB ਨਾਲ ਉਹ ਪੱਥਰ ਹਟਾ ਦਿੱਤੇ ਗਏ ਸੀ, ਹਟਾ ਕੇ ਕਿਸਾਨ ਅੱਗੇ ਨਿਕਲ ਚੁੱਕੇ ਸੀ, ਪਰ ਲੇਕਿਨ ਹੁਣ ਤਸਵੀਰ ਥੋੜ੍ਹੀ ਉਲਟ ਹੈ, ਕਿਉਂਕਿ ਹੁਣ ਲੱਗਦਾ ਕਿ ਕਿਸਾਨਾਂ ਦੇ ਟਰੈਕਟਰ ਇਹ ਪੱਥਰ ਨਾ ਚੱਕਰ ਸਕਣ, ਤਾਂ ਇਹਨਾਂ ਦੇ ਵਿੱਚ ਰੋਡ ਪਾਏ ਗਏ ਨੇ, ਜਿਹੜੇ ਇਹ ਰੋਡ ਨੇ, ਇਹ ਮੋਟੇ ਰੋਡ ਪਾਏ ਗਏ ਨੇ, ਬਹੁਤ ਹੈਵੀ ਜਿਹੜੇ ਰੋਡ ਨੇ ਜਿਹੜੇ ਇਹ ਪਾਏ ਗਏ ਨੇ। ਦੇਖੋ ਇਸ ਤਰ੍ਹਾਂ ਦੁਬਾਰਾ ਇਹਨਾਂ ਨੂੰ ਫਿਰ ਵੈਲਡਿੰਗ ਕੀਤਾ ਗਿਆ ਗਾ, ਵੈਲਡਿੰਗ ਕਰਨ ਤੋਂ ਬਾਅਦ ਅੱਗੇ ਫਿਰ ਇਹਦੇ ਵਿਚਾਲੇ ਸੀਮੈਂਟ ਭਰਿਆ ਹੈਗਾ ਵਿਚਾਲੇ ਦੇ, ਉਸ ਤੋਂ ਬਾਅਦ ਫਿਰ ਇੱਕ ਲੇਅਰ ਹੋਰ ਆਉਂਦੀ ਹੈ, ਫਿਰ ਉਸ ਤੋਂ ਬਾਅਦ ਅੱਗੇ ਤੀਜੀ ਲੇਅਰ, ਉਹਨੂੰ ਫਿਰ ਵੈਲਡਿੰਗ ਕੀਤਾ ਜਾ ਰਿਹਾ, ਜਾਂ ਤੁਸੀਂ ਇਹਨੂੰ ਖਿੱਚਣਾ ਚੱਕਣਾ ਬਹੁਤ ਮੁਸ਼ਕਲ ਹੈ, ਇਹ ਕੋਈ ਸੌਖੀ ਜਿਹੜੀ ਇਸ ਸਮੇਂ ਜਿਹੜੀ ਇਹ ਕਹਿ ਸਕਦੇ ਹਾਂ ਇੰਨਾ ਨਾਕੇ ਤੋੜਨੇ ਜਿਹੜੇ ਉਹ ਨਹੀਂ ਹੋਣਗੇ, ਪਰ ਕਿਸਾਨ ਕਹਿ ਰਹੇ ਨੇ ਕਿ ਉਹਨਾਂ ਲਈ ਕੁਝ ਵੀ ਜਿਹੜਾ ਮੁਸ਼ਕਲ ਨਹੀਂ ਹੈਗਾ, ਜਦੋਂ ਐਲਾਨ ਕਰਤਾ ਤਾਂ ਸਿਰਫ ਉਹ ਦਿੱਲੀ ਜਾਣਗੇ, ਕਿਉਂਕਿ ਕੁਝ ਲੋਕਾਂ ਨਾਲ ਗੱਲਬਾਤ ਵੀ ਕਰੀ ਤੀ ਜਿਹੜੇ ਇੱਥੋਂ ਆ ਕੇ ਗਏ ਨੇ, ਉਹ ਕਹਿ ਰਹੇ ਨੇ ਕਿ ਖੇਤਾਂ ਦੇ ਵਿੱਚ ਖੇਤ ਨੇ ਜਿਹੜੇ ਉਹ ਜੱਟਾਂ ਦੇ ਖੇਤ ਨੇ, ਕਿਸਾਨਾਂ ਦੇ ਖੇਤ ਨੇ, ਉਹ ਆਪਣੇ ਖੇਤਾਂ ਦੇ ਵਿੱਚੋਂ ਰਾਹ ਦੇ ਦੇਣਗੇ, ਜਿਵੇਂ ਪਹਿਲਾਂ ਤੁਸੀਂ ਦੇਖੋ ਸਾਹਮਣੇ ਜਿਹੜੀ ਵੈਲਡਿੰਗ ਜਿਹੜੀ ਉਹ ਹੋ ਰਹੀ ਹੈ, ਵੈਲਡਿੰਗ ਦੇ ਨਾਲ ਜਿਹੜਾ ਪਹਿਰੇ ਨੂੰ ਸਖ਼ਤ ਹੋਰ ਮਜ਼ਬੂਤ ਆ ਜਿਹੜਾ ਉਹ ਕੀਤਾ ਜਾ ਰਿਹਾ। ਕੁਝ ਲੋਕ ਨੇ ਜਿਹੜੇ ਪੈਦਲ ਉੱਧਰੋਂ ਹਰਿਆਣੇ ਤੋਂ ਇੱਧਰ ਨੂੰ ਆ ਰਹੇ ਨੇ, ਪਰ ਇਹ ਹਰਿਆਣਾ ਬਾਰਡਰ ਆ ਖਨੌਰੀ ਦੀਆਂ ਤਸਵੀਰਾਂ ਨੇ ਜਿਹੜੀਆਂ ਇੱਥੇ ਹੁਣ ਕਿਸੇ ਇੰਟਰਨੈਸ਼ਨਲ ਬਾਰਡਰ ਵਰਗੀਆਂ ਤਸਵੀਰਾਂ ਨੇ ਜਿਹੜੀਆਂ ਉਹ ਤੁਹਾਨੂੰ ਹੁਣ ਪੰਜਾਬ ਦੇ ਹਰ ਬਾਰਡਰ ਤੋਂ ਦੇਖਣ ਨੂੰ ਮਿਲ ਰਹੀਆਂ ਨੇ, ਕਿਉਂਕਿ ਪੰਜਾਬ ਦਾ ਸੰਭੂ ਬਾਰਡਰ ਹੋਵੇ, ਖਨੌਰੀ ਬਾਰਡਰ ਹੋਵੇ, ਜਾਂ ਫਿਰ ਜਿਹੜਾ ਬਠਿੰਡੇ ਨੂੰ ਦੂਸਰਾ ਬਾਰਡਰ ਜੋੜਦਾ, ਉਹ ਜਿੰਨੇ ਰਸਤੇ ਨੇ ਕਹਿ ਸਕਦੇ ਕਿ ਸਾਰੇ ਰਸਤੇ ਹੁਣ ਬਲੌਕ ਕੀਤੇ ਗਏ ਨੇ, ਇਹ ਇਸ ਤਰ੍ਹਾਂ ਦੇ ਬੜੇ ਬੜੇ ਪੱਥਰ ਕੰਡਿਆਲੀ ਤਾਰ ਲੋਹੇ ਦੇ ਰੋਡਾਂ ਦੇ ਨਾਲ ਅਤੇ ਕੰਟੇਨਰ ਲਾ ਕੇ। ਵਿੱਕੀ ਬੋਲਰ ਪੰਜਾਬ ਤੱਕ, ਸੰਗਰੂਰ।